ਅੰਤਾਰੀਓ ਦੀ ਸੁਭਾਈ ਚੋਣਾ 7 ਜੂਨ ਨੂੰ ਹੋਣ ਜਾ ਰਹੀਆਂ ਨੇ ਜਿਸ ਕਰਕੇ ਪਾਰਟੀ ਲੀਡਰਸ ਹੋ ਲੋ ਆਪਣੇ ਉਮੀਦਵਾਰਾਂ ਦੇ ਲਿਸਟ ਫਾਈਨਲ ਕੀਤੀ ਜਾ ਰਹੀ ਹੈ ਅਧਾ ਫਿਰ ਨਾਲ ਹੀ ਪਾਰਟ ਪਾਲਿਸਿਸ ਦੀ ਜਾਣਕਾਰੀ ਵੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਇਸ ਦੇ ਤਹਿਤ ਬ੍ਰਾਮਟਨ ਈਸਟ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਡਾਕਟਰ ਪਰਮਿੰਦਰ ਸਿੰਘ ਨੇ ਟੋਰਾਂਟੋ ਵਿੱਚ ਮੌਜੂਦ ਸਾਡੇ ਸਹਿਯੋਗੀ ਜਸਦੀਨ ਕਲਰਾ ਦੇ ਨਾਲ ਖਾਸ ਗੱਲਬਾਤ ਕਰਦਿਆਂ ਆਪਣੇ ਡੋਰ ਨਾਕਿੰਗ ਦੀ ਗੱਲ ਕੀਤੀ ਅਧਾ ਫਿਰ ਆਪਣੀ ਪਾਰਟੀ ਦੀਆਂ ਨੀਤੀਆਂ ਸਮਾਂ ਦੀ ਵੀ ਜਾਣਕਾਰੀ ਸਾਂਝੀ ਕੀਤੀ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਜੂਨ 7 2018 ਨੂੰ ਅਨਟੇਰੀਓ ਦੇ ਪ੍ਰੋਵਿੰਸ਼ੀਅਲ ਇਲੈਕਸ਼ਨਸ ਹੋਣ ਜਾ ਰਹੇ ਹਨ ਜਿਸ ਲਈ ਤਿੰਨੋ ਹਿਮੋਕ ਪਾਰਟੀਆਂ ਦੇ ਲੀਡਰਸ ਵੱਲੋਂ ਆਪਣੀਆਂ ਤਿਆਰੀਆਂ ਜ਼ੋਰਾਂ ਦੇ ਨਾਲ ਸ਼ੁਰੂ ਕਰ ਲਈਆਂ ਗਈਆਂ ਹਨ ਇਹਨਾਂ ਇਲੈਕਸ਼ਨ ਸੰਬੰਧੀ ਗੱਲਬਾਤ ਲਈ ਸਾਡੇ ਨਾਲ ਮੌਜੂਦ ਹਨ ਬ੍ਰੈਂਟਨ ਈਸਟ ਤੋਂ ਲਿਬਰਲ ਕੈਂਡੀਡੇਟ ਡਾਕਟਰ ਪਰਮਿੰਦਰ ਸਿੰਘ ਸਤਿ ਸ਼੍ਰੀ ਅਕਾਲ ਵੈਰੀ ਵਾਰਮ ਵੈਲਕਮ ਟੂ ਪੀਸੀ ਪੰਜਾਬੀ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡੇ ਸਾਰੇ ਪੀਸੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਜਤੋ ਅਸੀਂ ਜਾਨਣਾ ਚਾਹਾਂਗੇ ਬਾਈ profession ਯੂ ਆਰ ਅ ਡਾਕਟਰ ਪਰ ਹੁਣ ਪੋਲਿਟਿਕਸ ਦੇ ਵਿੱਚ ਆਉਣ ਦਾ ਸਬਬਤ ਤੁਹਾਡਾ ਕਿਸ ਤਰ੍ਹਾਂ ਬਣਿਆ ਜੀ ਬਿਲਕੁਲ ਅਮ ਐਕਸ਼ਲੀ ਮੈਂ ਤਾਂ ਹੁਣ ਕਾਫੀ ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਇਨਵੋਲਡ ਹਾਂ ਛੋਟੇ ਹੁੰਦੇ ਤੋਂ ਮੇਰਾ ਹਮੇਸ਼ਾ ਇਹੀ ਪੱਕ ਰਿਹਾ ਕਿ ਟੂ ਬੀ ਦ ਵੌਇਸ ਆਫ ਦ ਪੀਪਲ ਅੰਜੀ ਤੇ ਹਾਈ ਸਕੂਲ ਦੇ ਵਿੱਚ ਮੈਂ ਹਾਈ ਸਕੂਲ ਪ੍ਰੈਜ਼ੀਡੈਂਟ ਸੀਗਾ ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿੱਚ ਜਦੋਂ ਮੈਂ ਗਿਆ ਤਾਂ ਪਹਿਲਾ ਦਸਤਾਰਤਾਰੀ ਸਿੱਖ ਨੌਜਵਾਨ ਜੋ ਸਟੂਡੈਂਟ ਗਵਰਨਮੈਂਟ ਦੇ ਵਿੱਚ ਇਲੈਕਟਡ ਹੋਇਆ ਹਾਂਜੀ ਉਹ ਮੈਂ ਹੀ ਸੀਗਾ ਤੇ ਉੱਥੇ ਮੈਂ ਸਟੂਡੈਂਟ ਗਵਰਨਮੈਂਟ ਦੇ ਵਿੱਚ ਵੀ ਇਨਵੋਲਡ ਰਿਹਾ ਤੇ ਹਮੇਸ਼ਾ ਪਹਿਲਾਂ ਮੇਰਾ ਇਹੀ ਪੁਸ਼ ਹੁੰਦਾ ਸੀ ਕਿ ਕੋਈ ਵੀ ਅਨਿਆਂ ਹੋ ਰਿਹਾ ਸਟੂਡੈਂ ਦੇ ਇਸ਼ੂਸ ਵਾਸਤੇ ਕੋਈ ਸਾਡੀ ਗੱਲਬਾਤ ਨਹੀਂ ਕਰ ਰਿਹਾ ਕਿ ਉੱਥੇ ਅਸੀਂ ਖੜ ਕੇ ਉਹਨਾਂ ਦਾ ਸਹਾਰਾ ਬਣੀ ਹੈ ਸੋ ਆਈ ਥਿੰਕ ਦੈਟਸ ਵਾਟ ਵਾਸ ਵੈਰੀ ਇੰਪੋਰਟੈਂਟ ਟੂ ਮੀ ਤੇ ਹੁਣ ਅਸੀਂ ਬ੍ਰੈਂਪਟਨ ਦੇ ਵਿੱਚ ਵੀ ਦੇਖ ਲਿਆ ਕਿ ਹੁਣ ਬਾਕੀ ਨਾਲ ਦੇ ਸ਼ਹਿਰ ਕਾਫੀ ਤਰੱਕੀ ਕਰ ਰਹੇ ਨੇ ਲੇਕਿਨ ਉਹ ਤਰੱਕੀ ਜਿਹੜੀ ਹੈ ਕੁ ਜਿਆਦਾ ਇਫੈਕਟ ਉਹ ਬ੍ਰੈਂਪਟਨ ਚ ਹਾਲੇ ਨਹੀਂ ਪਾਇਆ ਜਾ ਰਿਹਾ ਆਈ نو ਕਾਫੀ ਮੂਵਮੈਂਟ ਹੋਈ ਹੈ ਬ੍ਰੈਂਪਟਨ ਦੇ ਵਿੱਚ ਪਰ ਲੇਕਿਨ ਫਿਰ ਵੀ ਮਾਚਾਣਾ ਕੀ ਮੈਂ ਵੀ ਲੈਂਡ ਕਰਾ ਆਪਣਾ ਹੈਂਡ ਕੇਸ ਤੇ ਇਸ ਇਸ਼ੂਸ ਦੇ ਉੱਪਰ ਕੰਮ ਕਰਨ ਦੀ ਮੈਂ ਉਮੀਦ ਰੱਖਦਾ ਹਾਂ ਜੀ ਜੀ ਵੀ ਨੂੰ ਕਿ ਜਿਹੜਾ ਵੀ ਕੈਂਡੀਡੇਟ ਹੁੰਦਾ ਹੈ ਜਾਂ ਕਹਿ ਸਕਦੇ ਆ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਜੋ ਵੀ ਇਲੈਕਟ ਹੁੰਦਾ ਹੈ ਉਹ ਆਪਣੀ ਕਮਿਊਨਿਟੀ ਦੀ ਆਵਾਜ਼ ਆਪਣੇ ਲੋਕਾਂ ਦੀ ਆਵਾਜ਼ ਜੋ ਹੈ 온ਟਾਰੀਓ ਅਸੈਂਬਲੀ ਦੇ ਵਿੱਚ ਪਹੁੰਚਾਉਂਦਾ ਹੈ ਪਰ ਤੁਹਾਡੀ ਤੋਂ ਜਾਨਣਾ ਚਾਹਾਂਗੇ ਤੁਸੀਂ ਜੋ ਹੈ ਇਸ ਆਵਾਜ਼ ਨੂੰ ਅਸੈਂਬਲੀ ਦੇ ਵਿੱਚ ਪਹੁੰਚਾਉਣ ਲਈ ਲਿਬਰਲ ਪਾਰਟੀ ਦੀ ਚੋਣ ਹੀ ਕਿਉਂ ਕੀਤੀ ਵਾਈ ਨਾਟ ਕੰਜ਼ਰਵੇਟਿਵ অর ਐਨ ਡੀ ਪੀ ਦੇਖੋ ਜੀ ਹੁਣ ਬਾਕੀ ਜਿਹੜੀ ਪਾਰਟੀਆਂ ਨੇ ਹੁਣ ਮੈਂ ਇਹ ਕਹੂੰਗਾ ਕਿਉਂਕਿ ਮੇਰਾ ਏਰੀਆ ਜਿਹੜਾ ਬ੍ਰੈਂਪਟਨ ਈਸਟ ਪਿਛਲੇ 9 ਸਾਲਾਂ ਤੋਂ ਐਨ ਡੀ ਪੀ ਨੂੰ ਵੋਟ ਪਾਦਾ ਆ ਰਿਹਾ ਹੈ ਤੇ ਗੱਲ ਸਿਰਫ ਆਵਾਜ਼ ਠਾਣ ਦੀ ਨਹੀਂ ਬਲਕਿ ਜਿਹੜੀ ਪਾਰਟੀ ਸਰਕਾਰ ਵੀ ਬਣਾ ਸਕਦੀ ਹੈ ਜਿਹਦੀ ਗਵਰਨਮੈਂਟ ਬਣਦੇ ਚਾਂਸਸ ਨੇ ਮੈਂ ਇਹੀ ਉਮੀਦ ਰੱਖਦਾ ਕਿ ਅਸੀਂ ਉਧਰ ਵੋਟ ਪਾਈਏ ਹਾਂਜੀ ਤੇ ਕੀ ਅਸੀਂ ਆਵਾਜ਼ ਉਹਨਾਂ ਦੀ ਠਾਵਾਵਾਂਗੇ ਪਰ ਵਿਦ दैट ਕਿ ਜੈਸਰੀ ਗਵਰਨਮੈਂਟ ਮੰਦੀਪ ਚਾਂਸਸ ਨੇ ਕਿ ਅਸੀਂ ਕੁਝ ਕਰਕੇ ਵੀ ਦਿਖਾਵਾਂਗੇ ਸੋ ਆਈ ਥਿੰਕ ਕਿ ਨਾ ਹੁਣ ਬਾਕੀ ਪਾਰਟੀਆਂ ਦੇ ਜਿਹੜੇ ਹੁਣ ਪਲੈਟਫਾਰਮਸ ਅਸੀਂ ਦੇਖੇ ਆ ਕਿਉਂਕਿ ਪੀਸੀ ਪਾਰਟੀ ਵਾਲ ਤਾਂ ਮੈਂ ਹਰਗिज ਨਹੀਂ ਜਾਣਾ ਚਾਹੁੰਦਾ ਪੀਸੀ ਪਾਰਟੀ ਜਿਹੜੀ ਹੈ ਇੱਕ ਬੜੀ ਕਾਰਪੋਰੇਟ ਪਾਰਟੀ ਹੈ ਇਹਨਾਂ ਨੂੰ ਬਸ ਇਨਾ ਹੀ ਹੈ ਕਿ ਅਸੀਂ ਕਾਰਪੋਰੇਸ਼ਨਸ ਜਾਂ ਬਿਜ਼ਨੈਸਸ ਨੂੰ ਕਿਵੇਂ ਉਹਨਾਂ ਦੇ ਪੈਸੇ بچਾਈਏ ਕਿਉਂਕਿ ਸਾਡੇ ਜਿਹੜਾ ਕੈਨੇਡੀਅਨ ਮਾਹੌਲ ਹੈ ਇੱਕ ਸੋਸ਼ਲ ਸਪੋਰਟ ਦਾ ਵੀ ਮਾਹੌਲ ਹੈ ਤੁਹਾਨੂੰ ਪਤਾ ਹੈ ਫ੍ਰੀ ਹੈਲਥ케ਅ ਇੱਥੇ ਹੈ ਤੇ ਹੁਣ ਫ੍ਰੀ ਦਵਾਈਆਂ ਬੱਚਿਆਂ ਵਾਸਤੇ ਜੋ 25 ਸਾਲ ਤੋਂ ਘੱਟ ਉਮਰ ਦੇ ਨੇ ਉਹ ਲਾਗੂ ਕੀਤੀਆਂ ਇਹ ਸਾਰੀਆਂ ਚੀਜ਼ਾਂ ਪੀਸੀ ਪਾਰਟੀ ਨੇ ਕਦੀ ਵੀ ਨਹੀਂ ਨਾ ਸੋਚਣੀਆਂ ਨਾ ਕਰਨੀਆਂ ਤੇ ਹੁਣ ਤੁਹਾਨੂੰ ਪਤਾ ਹੈ ਕਿ ਬ੍ਰੈਂਪਟਨ ਦੇ ਵਿੱਚ ਜਿਹੜਾ 407 ਹਾਈਵੇ ਲੰਘਦਾ ਹੈ ਇਹ ਪਬਲਿਕ ਹਾਈਵੇ ਸਿਗਾ ਤੇ ਪਿਛਲੀ ਵਾਰੀ ਜਦੋਂ ਪੀਸੀ ਪਾਰਟੀ ਪਾਵਰ ਦੇ ਵਿੱਚ ਆਈ ਉਹਨਾਂ ਨੇ ਹਾਈਵੇ ਵੇਚ ਦਿੱਤਾ ਤੇ ਉਹਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਬ੍ਰੈਂਟਨ ਨਿਵਾਸੀਆਂ ਨੂੰ ਤੇ ਐਦਰੋਂ ਦੇਖੋ ਤੇ ਤੁਸੀਂ ਬੱਚਿਆਂ ਦਾ ਚਾਈਲਡ ਕੇਅਰ ਦਾ ਇਹਨਾਂ ਨੇ ਜੋ ਅਨਾਉਂਸ ਕੀਤਾ ਉਸ ਤੋਂ ਪਹਿਲਾਂ ਬੱਚਿਆਂ ਦੀਆਂ ਦਵਾਈਆਂ ਫ੍ਰੀ ਕਰਾਵਾ ਦਿੱਤੀਆਂ ਤੇ ਹੁਣ ਸੀਨੀਅਰਜ਼ ਦੀਆਂ ਦਵਾਈਆਂ ਵੀ ਜੋ ਪਹਿਲਾਂ ਵੀ ਹਿਸਾਬ ਦੀ ਫ੍ਰੀ ਸੀਗੀਆਂ ਤੇ ਹੁਣ ਸਾਰੀਆਂ ਫ੍ਰੀ ਕਰ ਦਿੱਤੀਆਂ ਤੇ ਪਲੱਸ ਡੈਂਟਲ ਐਂਡ ਫਾਰਮਾ ਕੇਅਰ ਜਿਹੜੇ 25 ਤੋਂ 65 ਸਾਲ ਦੇ ਵਿੱਚ ਵਿੱਚ ਨੇ ਉਹਨਾਂ ਦੀ 80% ਕਵਰੇਜ ਹੋਵੇਗੀ ਜੀ ਹਰ ਇੱਕ ਕੈਂਡੀਡੇਟ ਚਾਹੁੰਦਾ ਹੈ ਕਿ ਲੋਕੀ ਜੋ ਨੇ ਜਿਹੜੇ ਵੋਟਰਸ ਨੇ ਉਸ ਨੂੰ ਵੋਟ ਕਰਨ ਉਸ ਨੂੰ ਇਲੈਕਟ ਕਰਨ ਪਰ ਤੁਹਾਡੇ ਵੱਲੋਂ ਜੋ ਹੈ ਕਿਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਧ ਤੋਂ ਵੱਧ ਜੋ ਹੈ ਲੋਕਾਂ ਦੇ ਨਾਲ ਇਨਵੋਲਵ ਹੋਣ ਦੀ ਨਹੀਂ ਬਿਲਕੁਲ ਜੀ ਦੇਖੋ ਹੁਣ ਮੈਂ ਤਾਂ ਇਹ ਹੀ ਕਹੂੰਗਾ ਕਿ ਤੁਸੀਂ ਸਾਰੇ ਕੈਂਡੀਡੇਟਸ ਜਿਹੜੇ ਵੀ ਹੁਣ ਬ੍ਰੈਂਪਟਨ ਹਿੱਸੇ ਦੇ ਵਿੱਚ ਨੇ ਮੈਂ ਤਾਂ ਡੋਰ ਖੜਕਾਣੀ ਆਲਰੇਡੀ ਸ਼ੁਰੂ ਕਰ ਦਿੱਤੀ ਅਸੀਮ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਉਹਨਾਂ ਦੀ ਇਸ਼ੂਜ਼ ਜੋ ਹੈ ਮੈਨੂੰ ਲੱਗਦਾ ਮੇਰੀਆਂ ਵੀ ਉਹੀ ਸੇਮ ਇਸ਼ੂਜ਼ ਨੇ ਹਾਂਜੀ ਤੇ ਮੇਰੇ ਵੀ ਦੋ ਛੋਟੇ ਬੱਚੇ ਨੇ ਤੇ ਮੈਨੂੰ ਯੂਨੀਵਰਸਿਟੀ ਕਰਕੇ ਵੀ ਉਹਨਾਂ ਵਾਸਤੇ ਉਹਨਾਂ ਦੀ ਅਗਲੇ ਫਿਊਚਰ ਵਾਸਤੇ ਵੀ ਸੋਚਣਾ ਪੈ ਰਿਹਾ ਹੈ ਸੋ ਆਈ ਥਿੰਕ ਐਸ ਅ ਕੈਂਡੀਡੇਟ ਆਈ ਕੈਨ ਰਿਲੇਟ ði ਮੋਸਟ ਟੂ ði ਐਵਰੇਜ ਵੋਟਰ हां जी मेरे पेरेंट्स जो एजिंग पेरेंट्स ਨੇ ਜਿਵੇਂ ਕਿ ਕਈ ਘਰਾਂ ਦੇ ਵਿੱਚ ਅਸੀਂ ਜੋ ਨੌਕ ਕੀਤਾ ਉਹ ਵੀ ਦੱਸ ਰਹੇ ਨੇ ਕਿ ਦੇਖੋ ਅਸੀਂ ਜੋਇੰਟ ਫੈਮਲੀ ਚ ਰਹਿੰਦੇ ਆ ਤੇ ਮੇਰੇ ਆਪਣੇ पेरेंट्स ਦੀ ਵੀ ਉਹ ਦੇਖਭਾਲ ਲਈ ਉਹਨਾਂ ਦੇ ਸਵਾਲ ਨੇ ਸੋ ਆਈ ਥਿੰਕ ਬੀਇੰਗ ਰਿਲੇਟੇਬਲ ਇਜ਼ ਦ బిਗੇਸਟ ਇਸ਼ੂ ਜੀ ਥਿਸ ਵਾਸ ਮਾਈ ਨੈਕਸਟ ਕੁਐਸ਼ਨ ਕਿ ਜਦੋਂ ਤੁਸੀਂ ਡੋ ਨੌਕਿੰਗ ਤੇ ਜਾਂਦੇ ਹੋ ਤਾਂ ਲੋਕੀ ਜੋ ਨੇ ਕਿਹੜੇ ਕਿਹੜੇ ਇਸ਼ੂਸ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਨ ਜਿਹੜੀ ਇਸ਼ੂ ਸਾਡੀ ਕਮਿਊਨਿਟੀ ਦੇ ਵਿੱਚ ਹਨ ਹੁਣ ਟ੍ਰਾਂਸਪੋਰਟੇਸ਼ਨ ਸਭ ਤੋਂ ਵੱਡੀ ਇਸ਼ੂ ਜਿਹੜੀ ਸਾਡੀ ਆਟੋ ਇੰਸ਼ੋਰੈਂਸ ਦੀ ਹੈ ਅਸੀਂ ਪਹਿਲਾ ਪਾਰਟੀ ਨੇ ਰੌਲਾ ਤਾਂ ਪਾ ਲਿਆ ਸੀ ਜਿਹੜੇ ਐਨਡੀਪੀ ਦੇ ਮੈਂਬਰਸ ਸਿਗੇ ਲੇਕਿਨ ਉਹ ਹੀ ਮੈਂਮੋਰੰਡਮ ਕੀ ਕਹਿੰਨਾ ਕਿ ਜੇ ਤੁਹਾਡੀ ਸਰਕਾਰ ਨਹੀਂ ਹੈ ਤੁਹਾਡੀ ਗਵਰਨਮੈਂਟ ਨਹੀਂ ਹੈ ਤਾਂ ਉਹ ਇਸ਼ੂਸ ਜਿਹੜੀਆਂ ਉਹ ਸਿਸਰ ਫਰਵਾਲਾ ਹੀ ਪਾਸ ਕਰ ਸਕਦੇ ਉਹਨਾਂ ਤੇ ਕੰਮ ਨਹੀਂ ਕਰ ਸਕਦੇ ਉਹ ਸਭ ਤੋਂ ਪਹਿਲਾਂ ਇਸ਼ੂ ਮੈਂ ਗੱਲਬਾਤ ਕੀਤੀ ਸੀ ਆਪਣੇ ਪ੍ਰੀਮੀਅਰ ਦੇ ਨਾਲ ਸੋ ਉਹਨਾਂ ਨੇ ਫਿਸਕੋ ਦੇ ਨਾਲ ਇੱਕ ਸਟੱਡੀ ਸ਼ੁਰੂ ਕੀਤੀ ਹੈ ਜਿਸ ਤਰ੍ਹਾਂ ਹੀ ਕਿਉਂਕਿ ਆਟੋ ਇੰਸ਼ੋਰੈਂਸ ਇਸ ਸਮੇਂ ਪੋਸਟਲ ਕੋਡਸ ਵਰਤਦੇ ਆ ਹਨ ਤੇ ਪੋਸਟਲ ਕੋਡ ਰਾਹੀਂ ਤੁਹਾਡੀ ਆਟੋ ਇੰਸ਼ੋਰੈਂਸ ਤੇ ਇੰਪੈਕਟ ਪੈਂਦਾ ਤੁਹਾਡੇ ਪ੍ਰੀਮੀਅਮ 'ਤੇ ਪੈਂਦਾ which is unfair which is unfair it Very should be unfair. on your drivers uh, record, driving right? record exactly te hun je jis da clean driver record hai ki hun pehla inna ne push kita si ki sara nu 15% discount deta right ਬਟ ਆਈ ਥਿੰਕ ਵੀ ਆਲਸੋ ਨੀਡ ਟੂ ਰਿਵਾਰਡ ਦ ਗੁੱਡ ਡਰਾਈਵਰਸ ਰਾਈਟ ਕਿ ਤੇ ਇਹ ਨਹੀਂ ਹੈਗਾ ਕਿ ਤੁਸੀਂ ਸਾਰਿਆਂ ਨੂੰ ਬਿਲਕੁਲ एवरीबॉडी ਡਿਸਰਵਸ ਅ ਡਿਸਕਾਊਂਟ ਬਟ ਜਿਹੜੇ ਸਾਡੇ ਗੁੱਡ ਡਰਾਈਵਰਸ ਨੇ ਜੋ ਦੇਖ ਦੇਖਭਾਲ ਦੇ ਨਾਲ ਗੱਡੀ ਚਲਾਉਂਦੇ ਨੇ ਤੇ ਇਨਸ਼ੋਰ ਸੇਫਟੀ ਐਂਡ ਸਿਕਿਉਰਿਟੀ ਆਫ ਅਦਰਸ ਔਨ ਦ ਰੋਡ ਕਿ ਅਸੀਂ ਉਹਨਾਂ ਨੂੰ ਵੀ ਰਿਵਾਰਡ ਕਰੀਏ ਤੇ ਦੂਸਰੀ ਗੱਲ ਹੋਈ ਸਾਡੀ ਯੂਨੀਵਰਸਿਟੀਆਂ ਦੀ ਕਿਉਂਕਿ ਮੈਂ ਗੱਲ ਕੀਤੀ ਮੇਰੇ ਛੋਟੇ ਬੱਚੇ ਨੇ ਹੁਣ ਕਈਆਂ ਦੇ ਜਦੋਂ ਮੈਂ ਡੋਰ ਨਾਕਿੰਗ ਕਰ ਰਿਹਾ ਹਾਂ ਉਹਨਾਂ ਦੀ ਵੀ ਇਹੀ ਇਸ਼ੂਜ਼ ਹੈ ਕਿ ਅੱਗੇ ਵੀ ਹੁਣ ਜਿਹੜੇ ਬੱਚੇ ਨੇ ਉਹਨਾਂ ਨੂੰ ਜੇ ਤੁਸੀਂ ਯੂਨੀਵਰਸਿਟੀ ਆਫ ਟੋਰਾਂਟੋ ਪੜਾਉਣਾ ਤੇ ਜਾਂ ਤੁਸੀਂ ਯੋਰਕ ਯੂਨੀਵਰਸਿਟੀ ਜਾਂ ਯੂਨੀਵਰਸਿਟੀ ਟੋਰਾਂਟੋ ਮਿਸਿਸਾਗਾ ਪੜਾਉਣਾ ਕਿ ਬ੍ਰੈਂਟਨ ਰਹਿੰਦੇ ਹੋਏ ਤਾਂ ਤੁਹਾਨੂੰ ਇੱਕ ਹੋਰ ਕਾਰ ਖਰੀਦਣੀ ਪੈਣੀ ਹੈ ਕਿਉਂਕਿ ਜਿਹੜੀ ਟ੍ਰਾਂਜ਼ਿਟ ਸਿਸਟਮ ਹੁਣਾਂ ਨੇ ਕਾਫੀ ਤਰੱਕੀ ਕੀਤੀ ਹੈ ਟ੍ਰਾਂਜ਼ਿਟ ਸਿਸਟਮ ਦੀ ਬਟ ਇਟਸ ਨਾ ਨਫ ਆਈ ਥਿੰਕ ਵੀ ਨੀਡ ਮੋਰ ਹਾਂਜੀ ਮੈਂ ਤਾਂ ਚਾਹਨਾ ਕਿ ਅਸੀਂ ਬ੍ਰੈਂਪਟਨ ਦੇ ਵਿੱਚ ਸਾਡਾ ਸਬਵੇਇ ਸਿਸਟਮ ਹੋਵੇ ਜਿਹੜਾ ਸਿੱਧਾ ਸਾਨੂੰ ਟੋਰਾਂਟੋ ਦੇ ਨਾਲ ਕਨੈਕਟ ਕਰੇ ਅਤੇ ਮਿਸਿਸ ਅਗਨ ਅਕਲ ਕਨੈਕਟ ਕਰੇ ਕਿਉਂਕਿ ਜਿੰਨਾ ਜ਼ਿਆਦਾ ਟਾਈਮ ਬੱਚੇ ਵੇਸਟ ਕਰਦੇ ਆ ਔਨ ਦਾ ਰੋਡ ਜੇ ਤੁਸੀਂ ਹੁਣ ਪਬਲਿਕ ਟ੍ਰਾਂਜ਼ਿਟ ਲੈ ਕੇ ਚੱਲ ਜਾਓ ਤਾਂ ਦੋ ਟਾਈਕੈਂਟ ਲੱਗ ਜਾਣੇ ਤੁਹਾਨੂੰ ਡਾਊਨਟਾਊਨ ਜਾਣ ਤੇ ਇਟ ਸ਼ੁੱਡਨਟ ਬੀ ਦੈਟ ਵੇ ਤੇ ਸਾਡੀ ਜਿਹੜੀ ਨੈਕਸਟ ਜਨਰੇਸ਼ਨ ਆ ਉਹਨਾਂ ਵਾਸਤੇ ਇਹ ਬਹੁਤ ਵੱਡੀ ਇਸ਼ੂ ਕ੍ਰੀਏਟ ਹੋਣੀ ਹੈ And um, so we are talking about bringing a university to Brampton. Yes. That is needed as well. But I don't know that we have a university that we can create. But it's very difficult that suddenly, if we are on the same level, ਕਿਹੜੀ ਕਿਹੜੀ ਚੀਜ਼ਾਂ ਦੀ ਕਮੀ ਹੋਵੇਗੀ ਕਿਹੜੀ ਕਿਹੜੀ ਚੀਜ਼ਾਂ ਦੀ ਆ ਦੀ ਓਪਰਚੁਨਿਟੀ ਹੋਵੇਗੀ ਜੀ ਅਸੀਂ ਵੀ ਉਮੀਦ ਕਰਦੇ ਹਾਂ ਕਿ ਜਿਹੜਾ ਬ੍ਰੈਂਟਨ ਯੂਨੀਵਰਸਿਟੀ ਐਂਡ ਖਾਸ ਕਰਕੇ ਜਿਹੜਾ ਬ੍ਰੈਂਟਨ ਦੇ ਵਿੱਚ ਐਲ ਆਰਟੀ ਦਾ ਇਸ਼ੂ ਹੈਗਾ ਉਹ ਜਲਦ ਜਲ ਸੋਲਵ ਹੋ ਜਾਏ ਨਾਲ ਹੀ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਓਨਟਾਰੀਓ ਦਾ ਜਿਹੜਾ ਰੀਸੈਂਟਲੀ ਬਜਟ 2018 ਰਿਲੀਜ਼ ਕੀਤਾ ਗਿਆ ਹੈ ਉਸ ਵਿੱਚ ਓਨਟਾਰੀਓ ਗਵਰਨਮੈਂਟ ਵੱਲੋਂ ਕਾਫੀ ਵੱਡੇ ਨਿਵੇਸ਼ ਐਲਾਨੇ ਗਏ ਹਨ ਜਿਸ ਵਿੱਚ ਜੋ ਹੈ ਡੇ ਕੇਅਰ ਮੈਂਟਲ ਕੇਅਰ ਫਾਰਮਾ ਕੇਅਰ ਸੰਬੰਧੀ ਐਲਾਨ ਸ਼ਾਮਿਲ ਹਨ ਪਰ ਹਲੇ ਵੀ ਕਈ ਓਨਟਾਰੀਅਨਸ ਹਨ ਜੋ सरकार तो नाराज़ ने उन्हों का कहना है कि गवर्नमेंट हैज एक्चुअली सोल्ड वन ऑफ द मोस्ट इंपॉर्टेंट पब्लिक एसेट एंड इस करके ऑनटेरियंस uh, जो ने उन निराश चल रहे हैं जानना चाहवा कि इस इलैक्शन जो है ऑनटेरियो की लिबरल पार्टी वोटर्स नो जो है किस तरह कन्विंस करेगी Horn, ਜੋ ਜਿਹੜਾ ਅਸੀਂ ਪੋਰਸ਼ਨ ਸੈਲਫ ਕੀਤਾ ਉਹਦੀ ਜ਼ਰੂਰਤ ਸੀਗੀ ਕਿਉਂਕਿ ਉਹਨਾਂ ਪੈਸੇ ਨਾਲ ਅਸੀਂ ਹੁਣ ਮੁੜ ਕੇ অন্ਟਰੀਅਰ ਵਿੱਚ ਇਨਵੈਸਟ ਕਰ ਸਕਦੇ ਹਾਂ ਪਰ ਹਾਲਾਂਕਿ ਅਸੀਂ ਸਟਿਲ ਐਜ਼ ਅ অন্ਟਰੀਅਰ ਗਵਰਨਮੈਂਟ ਮੈਜੋਰਟੀ ਸ਼ੇਅਰ ਓਨਰਸ ਹਾਂ ਹਾਈਡਰੋ 1 ਦੇ ਵਿੱਚ ਤੇ ਪ੍ਰੋਬਲਮ ਇਹ ਆ ਰਹੀ ਹੈ ਕਿ ਜੇ ਅਸੀਂ ਹਾਈਡਰੋ 1 ਨੂੰ ਆਪ ਹੀ ਰੱਖਦੇ ਹੁਣ ਤਾਂ ਇਟਸ ਅ ਗੁੱਡ ਵਾਇਬਲ ਸੋਲੂਸ਼ਨ ਲੇਕਿਨ ਉਸ ਦੇ ਵਿੱਚ ਵੀ ਇਨਫਰਾਸਟ੍ਰਕਚਰ ਦੀ ਤੌਰ ਤੇ ਫਿਰ ਵੀ ਕਾਫੀ ਪੈਸੇ ਲਗਾਉਣ ਦੀ ਹੁਣ ਜ਼ਰੂਰਤ ਪੈਣੀ ਆ ਫਿਊਚਰ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਹੈ ਤਾਰਾਂ ਖਰਾਬ ਹੋ ਰਹੀਆਂ ਆ ਜਾਂ ਹੋਰ ਵੀ ਕੋਈ ਇਸ਼ੂਜ਼ ਆ ਰਹੀਆਂ ਆ ਤੇ ਉਸ ਦੇ ਨਾਲ ਨਾਲ ਇਨਵੈਸਟਮੈਂਟ ਦੀ ਵੀ ਲੋੜ ਹੈ ਸੋ ਆਈ ਥਿੰਕ ਵੀ ਗਾਟ ਆਟ ਐਟ ਅ ਗੁੱਡ ਟਾਈਮ ਕਿ ਹੁਣ ਅਸੀਂ ਸ਼ੇਅਰਸ ਉਹਨਾਂ ਦੇ ਕ੍ਰੀਏਟ ਕਰ ਦਿੱਤੇ ਹਾਲੇ ਵੀ ਮੈਜੋਰਿਟੀ ਓਨਰਸ ਹਨ ਲੇਕਿਨ ਉਹ ਪੈਸਾ ਜਿਹੜਾ ਅਸੀਂ ਹਾਈਡਰੋਵੰਟ ਤੋਂ ਲਿਆ ਉਹ ਅਸੀਂ ਹੁਣ ਸੋਸ਼ਲ ਸਰਵਿਸਿਜ਼ ਦੇ ਵਿੱਚ ਲਾ ਸਕਦੇ ਹਾਂ ਤੇ ਪਹਿਲਾਂ ਅਸੀਂ ਕਮਿਟਮੈਂਟ ਕੀਤੀ ਸੀ ਪਿਛਲੀ ਵਾਰੀ ਇਨਫਰਾਸਟ੍ਰਕਚਰ ਦੇ ਵਿੱਚ ਹਾਈਵੇਜ਼ ਦੀ ਐਕਸਪੈਂਸ਼ਨ 410 ਤੁਹਾਨੂੰ ਪਤਾ ਹੀ ਹੈ ਕਿ 410 ਦੀ ਐਕਸਪੈਂਸ਼ਨ ਅਤੇ 401 ਅਤੇ 407 ਦੀ ਜਦੋਂ ਪੀਸੀ ਪਾਰਟੀ ਪਾਵਰ ਦੇ ਵਿੱਚ ਸੀਗੀ ਉਦੋਂ ਕਰ ਦੇ ਇਹ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਸੀਗੀਆਂ ਬੱਟ ਥੀ ਚੋਜ਼ ਨਾਟ ਟੂ ਨਾਟ ਓਨਲੀ ਡਿਡ ਥੀ ਚੋਜ਼ ਨਾਟ ਟੂ ਕਿ ਜਦੋਂ ਪਹਿਲਾਂ ਸਾਡੇ ਇੱਥੇ ਸਬ PC ਪਾਰਟੀ ਜਦੋਂ ਪਾਵਰ ਵਿੱਚ ਆਈ ਉਹਨਾਂ ਨੇ ਜਿੱਥੇ ਦੇ ਡਿਗ ਟਨਲਸ ਜਿੱਥੇ ਟਨਲਸ ਬਣਾਏ ਹੋ ਸੀਗੇ ਮੁੜ ਕੇ ਕੰਕਰੀਟ ਦੇ ਨਾਲ ਭਰ ਦਿੱਤੇ ਕਿ ਸਬਵੇ ਨਾ ਬਣ ਵਿਚ ਵਾਸ ਵੈਰੀ ਅਨਫੇਅਰ ਐਂਡ ਆਈ ਥਿੰਕ ਉਸ ਦਾ ਜੋ ਸਾਰਾ ਇਸ਼ੂ ਹੈ ਸਾਰਾ ਇੰਪੈਕਟ ਹੈ ਅਸੀਂ ਅੱਜ ਫੀਲ ਕਰ ਰਹੇ ਹਾਂ ਜੀ ਅਰ ਅਖੀਰ ਦੇ ਵਿੱਚ ਇਹ ਜਾਨਣਾ ਚਾਹਾਂਗੇ ਕਿ ਜੇਕਰ ਲਿਬਰਲ ਸਰਕਾਰ ਇਸ ਸਾਲ ਦੁਬਾਰਾ ਜਿੱਤ ਕੇ ਆਂਦੀ ਹੈ ਤੇ ਡੈਫੀਨਿਟਲੀ ਇੱਕ ਹਿਸਟਰੀ ਕ੍ਰੀਏਟ ਕੀਤੀ ਜਾਏਗੀ ਪਰ ਤੁਸੀਂ ਵੋਟਰਸ ਨੂੰ ਅਪੀਲ ਕਰਨਾ ਚਾਹੋਗੇ ਕਿ ਕਿਉਂ ਉਹ ਲਿਬਰਲ ਨੂੰ ਦੁਬਾਰਾ ਇਲੈਕਟ ਕਰਨ Liberal Party is the only party that invested in Brampton in creating new facilities, creating new hospitals. the told us that PC Party has bandi in the hospital, and that the history is hai. So, having that work that was created. ਹੁਣ ਅਸੀਂ ਉਸ ਸਟੇਜ ਤੱਕ ਪਹੁੰਚ ਗਏ ਹਾਂ ਜਿੱਥੇ ਅਸੀਂ ਇਨਫਰਾਸਟ੍ਰਕਚਰ ਆਲਰੇਡੀ ਕ੍ਰੀਏਟ ਕਰ ਦਿੱਤਾ ਕਿਉਂਕਿ ਪਹਿਲਾਂ ਤੁਹਾਨੂੰ ਸੋਲਿਡ ਫਾਊਂਡੇਸ਼ਨ ਚਾਹੀਦਾ ਹੈ ਫਾਊਂਡੇਸ਼ਨ ਸੋਲਿਡ ਹੋਵੇ ਉਸ ਤੋਂ ਉਪਰ ਅਸੀਂ ਬਿਲਡ ਕਰ ਸਕਦੇ ਹਾਂ ਸੋ ਇਨਫਰਾਸਟ੍ਰਕਚਰ ਬਿਲਡ ਹੋ ਗਿਆ ਹੁਣ ਅਸੀਂ ਸਰਵਿਸਿਜ਼ ਵੱਲ ਧਿਆਨ ਦੇ ਰਹੇ ਹਾਂ ਕਿਉਂਕਿ ਜਿੱਥੇ ਹੁਣ ਸਾਡੇ ਹਸਪਤਾਲ ਨੇ ਅਸੀਂ ਹੋਰ ਵੀ ਬਣਵਾ ਰਹੇ ਹਾਂ ਤੇ ਐਮਰਜੈਂਸੀ ਡਿਪਾਰਟਮੈਂਟਾਂ ਤੇ ਜੋ ਬੋਝ ਇਕੋ ਹਸਪਤਾਲ ਤੇ ਪੈ ਰਿਹਾ ਸੀਗਾ ਉਹ ਡਿਵਾਈਡਡ ਹੋ ਜਾਵੇਗਾ ਤੇ ਦੂਸਰਾ ਹੁਣ ਜੇ ਸਾਡੀ ਡਾਕਟਰਸ ਦੀ ਵਿਜ਼ਿਟ ਫ੍ਰੀ ਹੈ ਸਾਡੀ ਦਵਾਈਆਂ ਵੀ ਫ੍ਰੀ ਹੋਣੀਆਂ ਚਾ ਪੇਰੈਂਟਸ ਵਾਸਤੇ ਬੱਚਿਆਂ ਲਈ ਅਸੀਂ ਦਵਾਈ ਤਾਂ ਲਿਖ ਦਿੰਦੇ ਆ ਲੇਕਿਨ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਅਫੋਰਡ ਕਰ ਸਕੂਗੇ ਜਾਂ ਬੱਚੇ ਨੂੰ ਇਹ ਦਵਾ ਮਿਲੇਗੀ ਜਾਂ ਨਾ ਸੋ ਆਈ ਥਿੰਕ ਅਸੀਂ ਇੱਕ ਐਕਸਟਰਾ ਲੈਵਲ ਤੱਕ ਪਹੁੰਚ ਗਏ ਆ ਜਿੱਥੇ ਅਸੀਂ ਸੋਸ਼ਲ ਸੁਸਾਇਟੀ ਵਾਸਤੇ ਕੋਈ ਅੱਛਾ ਕੰਮ ਕਰ ਰਹੇ ਆ ਮੇਰੀ ਉਮੀਦ ਇਹ ਹੀ ਹੈ ਕਿ ਤੁਸੀਂ ਸਾਨੂੰ ਮੌਕਾ ਦਿਓ ਹੋਰ ਕੰਮ ਕਰਨ ਦਾ ਐਂਡ ਵੀ ਬੀ ਵਿਲਿੰਗ ਟੂ ਡੂ ਵਾਟ ਵੀ ਕੈਨ ਡੂ ਸੋ ਦੈਟਸ ਮਾਈ ਐਂਟਾਇਰ ਹੋਪ ਫਾਰ ਥਿਸ ਇਲੈਕਸ਼ਨ ਜੀ Absolutely yeah. thank you so much for joining us it was really pleasure talking to you yeah. and we wish you good luck anyway thank Anika. you ji sashikal sashikal